ਅਸ਼ੀਰਵਾਦ ਦੋਸਤੋ ਗੱਲ ਜੌਨ ਨੰਗਲਾ ਗੁਰਦਾਸਪੁਰ ਕਬੱਡੀ ਕੱਪ ਆਲ ਓਪਨ ਦੇ ਮੈਚ ਹੋਏ ਜਿਹਦੇ ਵਿੱਚ ਫਸਟ ਟੀਮ ਰਹੀ ਹੈਗੀ ਆਪਣੇ ਭਗਵਾਨਪੁਰ ਮਾਝਾ ਦੀ ਜਿਹਦੇ 60 ਪੁਆਇੰਟ ਸੀ ਅਤੇ ਸੈਕਿੰਡ ਟੀਮ ਰਹੀ ਯਾਰ ਗੁਰਦਾਸਪੁਰ ਲਾਇਨਸ ਜਿਹਦੇ 44 ਪੁਆਇੰਟ ਸੀਗੇ ਅਤੇ ਇਹ ਪਹਿਲਾ ਮੈਚ ਜਿਹਦੇ ਵਿੱਚ ਮੋਟਰਸਾਈਕਲ ਦੇ ਉੱਤੇ ਕਿਹੜੇ ਮੈਚ ਬੜਾ ਫਸਮਾ ਹੋਇਆ ਇਸ ਮੈਚ ਦੇ ਬੈਸਟ ਰੇਟ ਹੈਗਾ ਸੁਲਤਾਨ ਸ਼ਮਸਪੁਰ ਜੀ ਦੇ 15 ਅੰਕ ਸੀ 17 ਅਤੇ ਉਹਦੇ ਬੈਸਟ ਓਪਰ ਅੰਮ੍ਰਿਤ ਔਲਖ ਅਤੇ ਫਯਾਦ ਅਲੀ ਨੇ ਜਿਹਨਾਂ ਦੇ 8 ਜੱਫੇ ਸੀ ਇਹਨਾਂ ਨੂੰ ਮੋਟਰਸਾਈਕਲ ਦਿੱਤੇ ਗਏ। ਗੁਰਦਾਸ ਲਾਇਨਸ ਦੇ ਵਿੱਚ ਅਰਸ ਚੋਲਾ ਸਾਹਿਬ, ਸਤੂ ਖਡੂਰ ਸਾਹਿਬ, ਜੱਗੂ ਹਾਗਮ ਵਾਲੀਆ ਅਤੇ ਹੋਰ ਬਹੁਤ ਸਾਰੇ ਪਲੇਅਰ ਖੇਡਦੇ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਇਸ ਤੋਂ ਇਲਾਵਾ ਭਗਵਾਨਪੁਰਾ ਦੀ ਟੀਮ ਦੇ ਵਿੱਚ ਮੇਨ ਪਲੇਅਰ ਸੀਗੇ ਫਯਾਦ ਅਲੀ, ਅੰਮ੍ਰਿਤ ਔਲਖ, ਅਮਨ ਸੁਨਿਆਰਾ, ਤਲਵੰਡੀ ਚੌਧਰੀਆਂ ਵਾਲਾ, ਗੀਤਾ ਤਲਵੰਡੀ ਚੌਧਰੀਆਂ, ਸੁਲਤਾਨ ਸਮਸਪੁਰ ਗੱਗੀ ਖੀਰਾਂ ਵਾਲੇ, ਜੋਤਮ ਅਹਿਮਦਲ ਦੇ ਅੰਬਾ ਸੁਰ ਸਿੰਘ ਦੇ ਗੱਗੀ। ਕਹਿੰਦੇ 97 ਮੋਟਰਸਾਈਕਲ ਸੁਲਤਾਨ ਸਮਸਪੁਰੀ ਜਿੱਤ ਚੁੱਕੇ ਜੋ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਨੇ ਰਿਕਾਰਡ ਕਬੱਡੀ ਇਤਿਹਾਸ ਦੇ ਵਿੱਚ।